ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਸੋ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜਿਹੜੇ ਮਿਸ਼ਰਤ ਚਾਰੇ ਜਾਂ ਪਸ਼ੂਆਂ ਲਈ ਜਿਹੜਾ ਆਪਾਂ ਕੱਲਾ-ਕੱਲਾ ਚਾਰਾ ਗਾਉਨੇ ਆ ਉਹਦੇ ਬਾਰੇ ਕਈ ਵਾਰੀ ਕਿਸਾਨ ਵੀਰੋ ਆਪਾਂ ਨੂੰ ਛੋਟੇ-ਛੋਟੇ ਪੁਆਇੰਟ ਨਹੀਂ ਪਤਾ ਹੁੰਦਾ ਛੋਟੇ-ਛੋਟੇ ਨੁਕਤੇ ਨਹੀਂ ਪਤਾ ਹੁੰਦਾ ਜਿਸ ਕਰਕੇ ਆਪਾਂ ਨੂੰ ਕਈ ਵਾਰ ਚਾਰਿਆਂ ਦੀ ਜਿਹੜੀ ਕੁਆਲਿਟੀ ਆ ਆਪਾਂ ਪਸ਼ੂਆਂ ਨੂੰ ਸਹੀ ਨਹੀਂ ਦੇ ਪਾਉਂਦੇ ਤੇ ਕਈ ਵਾਰ ਆਪਾਂ ਛੋਟੇ ਛੋਟੇ ਜਿਹੇ ਗਲਤੀਆਂ ਕਰ ਜੀਏ ਗੱਲਾਂ ਦਾ ਧਿਆਨ ਨਾ ਰੱਖੀਏ ਕਿ ਚਾਰਾ ਕਿਹ ਕਿਹ ਸਟੇਜ ਤੇ ਕੱਟਣਾ ਹੈ ਜਿਹੜਾ ਉਹਨੂੰ ਪਾਣੀ ਕਿਸ ਟਾਈਮ ਤੇ ਲਾਉਣਾ ਤਾਂ ਉਸ ਕਰਕੇ ਪਸ਼ੂਆਂ ਨੂੰ ਕਈ ਤਰ੍ਹਾਂ ਦੇ ਰੋਗ ਵੀ ਲੱਗ ਜਾਂਦੇ ਤੇ ਅੱਗੇ ਜਾ ਕੇ ਜੋ ਕੇ ਮਾਰੂ ਸਾਫਤ ਹੁੰਦੇ ਆ ਤੇ ਆਪਾਂ ਨੂੰ ਕਈ ਵਾਰ ਇੰਨਾਂ ਗੱਲਾਂ ਦਾ ਅ ਅਣਜਾਣੇ ਦੇ ਵਿੱਚ ਪਤਾ ਨਹੀਂ ਲੱਗਦਾ ਸੋ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਜਿਹੜੇ ਨੁਕਤੇ ਆ ਇਸ ਵੀਡੀਓ ਰਾਈ ਸਾਂਝੇ ਕਰੂੰਗਾ ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਲਰਟ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨ ਸੋ ਕਿਸਾਨ ਵੀਰੋ ਜਿਹੜੇ ਜ਼ਰੂਰੀ ਨੁਕਤੇ ਆ ਚਾਰਿਆਂ ਸਬੰਧੀ ਪਹਿਲਾਂ 2-4 ਤੁਹਾਨੂੰ ਉਹ ਨੁਕਤੇ ਮੈਂ ਦੱਸਦਾ ਕਿ ਚਾਰਿਆਂ ਦੀ ਬਜਾਈ ਇੱਕ ਤਾਂ ਜਿਹੜੀ ਬਜਾਈ ਆਪਾਂ ਕਰਨੀ ਬਿਲਕੁਲ ਸਹੀ ਸਮੇਂ ਤੇ ਹੋਣੀ ਚਾਹੀਦੀ ਅਗੇਤਾ ਪਛੇਤਾ ਜੇ ਆਪਾਂ ਬੀਜਾਂਗੇ ਉਹਦੇ ਵਿੱਚ ਉਹ ਕੁਆਲਿਟੀ ਨਹੀਂ ਮਿਲਦੀ ਤੇ ਬਜਾਈ ਤੋਂ ਪਹਿਲਾਂ ਬੀਜ ਦੀ ਸੋਧ ਬੜੀ ਜ਼ਰੂਰੀ ਆ ਕਿਉਂਕਿ ਕਈ ਵਾਰ ਚਾਰਿਆਂ ਨੂੰ ਕੋਈ ਰੋਗ ਉੱਲੀ ਰੋਗ ਲੱਗ ਜਾਵੇ ਖਾਸ ਤੌਰ ਤੇ ਤਾਂ ਪਸ਼ੂਆਂ ਦੇ ਵਿੱਚ ਚਿਹਰੀਲਾਪਣ ਕਰਦਾ ਹੈ ਚਾਰਿਆਂ ਦੇ ਵਿੱਚ ਖਾਦਾਂ ਦੀ ਬਹੁਤੀ ਵਰਤੋਂ ਕੈਮੀਕਲ ਖਾਦਾਂ ਦੀ ਨਹੀਂ ਕਰਨੀ ਚਾਹੀਦੀ ਹੋ ਸਕੇ ਤਾਂ ਰੂੜੀ ਦੀ ਖਾਦ ਵਰਤੋ ਜਾਂ ਜਿਹੜੀ ਹੈਗੀ ਆ ਪਰਾਲੀ ਜਾਂ ਰਹਿਦ ਖੂੰਦ ਫਸਲਾਂ ਦੀ ਉਹ ਜ਼ਮੀਨ ਦੇ ਵਿੱਚ ਵਾਓ ਹਰੀ ਖਾਦ ਕਰੋ ਜਿਹੜਾ ਚਾਰਿਆਂ ਦੇ ਵਿੱਚ ਕੈਮੀਕਲ ਖਾਦਾਂ ਜੇ ਪਾਉਣੀਆਂ ਵੀ ਤਾਂ ਸੰਤੁਲਿਤ ਵਰਤੋਂ ਕਰੋ ਓਵਰਡੋਸ ਨਾ ਦਿਓ ਤੇ ਵਧੀਆ ਜਿਹੜਾ ਚੰਗਾ ਕੁਆਲਿਟੀ ਭਰਪੂਰ ਚਾਰਾ ਲੈਣ ਵਾਸਤੇ ਜਿਹਦੇ ਵਿੱਚ ਖਰਾਕੀ ਤੱਤ ਵੀ ਪੂਰੇ ਹੋਣ ਤੇ ਉਹਦੀ ਗੁਣਵੱਤਾ ਪੂਰੀ ਹੋਵੇ ਪਸ਼ੂਆਂ ਲਈ ਤੇ ਸਿਹਤ ਵਾਸਤੇ ਚੰਗਾ ਹੋਵੇ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਚਾਰੇ ਦੀ ਕਟਾਈ ਸਹੀ ਅਵਸਥਾ ਤੇ ਮਤਲਬ ਕਿ ਉਹਦੀ ਸਹੀ ਸਟੇਜ ਜਿਸ ਤਰ੍ਹਾਂ ਆਧਾਰਨ ਦੇ ਤੌਰ ਤੇ ਬਾਜਰਾ ਜਦੋਂ 50% ਸਿੱਟਿਆਂ ਤੋਂ ਵੱਧ ਉਹਦੇ ਨਿਕਲਣ ਨਿਕਲਣਾ ਨਿਕਲ ਜਾਣ ਤਾਂ ਉਹ ਕਟਾਈ ਲਈ ਜਾਂ ਪਸ਼ੂਆਂ ਵਾਸਤੇ ਯੋਗ ਨਹੀਂ ਰਹਿੰਦਾ ਉਹਦੇ ਸਿੱਟੇ ਜਦੋਂ ਤੇ 3% ਜਾਂ 40% ਵੱਧ ਤੋਂ ਵੱਧ ਨਿਕਲੇ ਤਾਂ ਉਦੋਂ ਕਟਾਈ ਕਰ ਲੈਣੀ ਚਾਹੀਦੀ ਉਸ ਤੋਂ ਬਾਅਦ ਕੋਈ ਉਹਦਾ ਬਹੁਤਾ ਫਾਇਦਾ ਨਹੀਂ ਹੁੰਦਾ ਉਲਟਾ ਜੇ ਔਰ ਘਟ ਪੈ ਜੇ ਤਾਂ ਉਹਦਾ ਨੁਕਸਾਨ ਹੋ ਸਕਦਾ ਚਾਰੇ ਦੀ ਫਸਲ ਨੂੰ ਕੱਟਣ ਤੋਂ ਇੱਕ ਹਫ਼ਤਾ ਪਹਿਲਾਂ ਖਾਸ ਤੌਰ ਤੇ ਚਰੀ ਤੇ ਬਾਜਰਾ ਇੱਕ ਹਫ਼ਤਾ ਪਹਿਲਾਂ ਆਪਾਂ ਪਾਣੀ ਲਾਓ ਜੇ ਆਪਾਂ ਪਾਣੀ ਨਹੀਂ ਲਾਉਂਦੇ ਸੋਕੇ ਦੇ ਹਾਲਾਤਾਂ 'ਚ ਚਾਰੇ ਨੂੰ ਵੜਦੇ ਆ ਤਾਂ ਉਹਦੇ ਵਿੱਚ ਜ਼ਹਿਰੀਲਾ ਪਾਣੀ ਆਉਂਦਾ ਜੋ ਕਿ ਪਸ਼ੂਆਂ ਲਈ ਬਹੁਤ ਖਤਰਨਾਕ ਹੁੰਦਾ ਚਾਰਿਆਂ ਦੇ ਵਿੱਚ ਜਿਹੜੇ ਆਪਾਂ ਰਸਾਇਣ ਗੈਰਸਪਾਰਸ਼ੀ ਉਲੀਨਾਸ਼ਕ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਲੋੜ ਅਤੇ ਸਫਾਰਿਸ਼ ਅਨੁਸਾਰ ਜਿਹੜੇ ਮਾਰਾਂ ਦੀ ਸਲਾਹ ਦੇ ਅਨਸਾਰ ਹੀ ਆਪਾਂ ਨੂੰ ਵਰਤੋਂ ਕਰਨੀ ਚਾਹੀਦੀ ਦੀ ਕੋਸ਼ਿਸ਼ ਕਰਨੀ ਚਾਹੀਦੀ ਕੈਮੀਕਲ ਨਾ ਵਰਤੋ ਜਿਹੜੀ ਬਿਮਾਰੀਆਂ ਕੀੜਾ ਮਕੌੜਾ ਹੈਗਾ ਉਹਨੂੰ ਜਿਹੜਾ ਆਰਗੈਨਿਕ ਤੌਰ ਤੇ ਜੈਵਿਕ ਤਾਂ ਢੰਗ ਨਾਲ ਆਪਾਂ ਕਾਬੂ ਕਰੀਏ ਜਿੱਥੇ ਸੇਲੀਨੀਅਮ ਜਿਹੜੇ ਏਰੀਆ ਦੇ ਵਿੱਚ ਸੇਲੀਨੀਅਮ ਦੀ ਜ਼ਹਿਰੀਲਾਪਣਾ ਜ਼ਮੀਨਾਂ ਦੇ ਵਿੱਚ ਸੇਲੀਨੀਅਮ ਦਾ ਜ਼ਹਿਰੀਲਾਪਣਾ ਉੱਥੇ ਜੇ ਚਾਰਾਗਾਉਂਗੇ ਉਹਦੇ ਵਿੱਚ ਵੀ ਪਸ਼ੂਆਂ ਦੀ ਜਿਹੜੀ ਖਰਾਕ ਜ਼ਹਿਰੀਲੀ ਹੋ ਜਾਂਦੀ ਹੈ ਜੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੋਰ ਵੀ ਕਿਸਾਨ ਵੀਰ ਲੈਣਾ ਚਾਹੁੰਦੇ ਹੋਣਗੇ ਥੱਲੇ ਕੋਈ ਸਵਾਲ ਆਉਣਗੇ ਤਾਂ ਜਿਵੇਂ ਸੈਲੀਨੀਅਮ ਦਾ ਜ਼ਹਿਰੀਲਾਪਣ ਬਾਰੇ ਤਾਂ ਉਹ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਨਵੰਬਰ ਦਸੰਬਰ ਤੇ ਮਈ ਜੂਨ ਚ ਜਦੋਂ ਪਸ਼ੂਆਂ ਲਈ ਲਈ ਚਾਰਾ ਪੂਰਾ ਹਰਾ-ਝਰਾ ਨਹੀਂ ਉਪਲਬਧ ਹੁੰਦਾ ਉਦੋਂ ਆਪਾਂ ਜਿਹੜਾ ਹੈਗਾ ਪਸ਼ੂਆਂ ਲਈ ਸਾਈਲੇ ਜਾਂ ਹੇ ਬਣਾਇਆ ਹੁੰਦਾ ਚਾ ਅਚਾਰ ਜਾਂ ਜਿਹੜਾ ਹੈਗਾ ਸੁਕਾ ਕੇ ਚਾਰਾ ਸਟੋਰ ਕੀਤਾ ਹੁੰਦਾ ਉਹ ਆਪਾਂ ਵਰਤ ਸਕਦੇ ਆ ਸੋ ਮਿਸ਼ਰਤ ਚਾਰੇ ਦੇ ਵਿੱਚ ਕਿਸਾਨ ਵੀਰੋ ਆਪਾਂ ਨੂੰ ਜਿਹੜੇ ਕੱਲੀ ਫਸਲ ਨਾਲ ਉੰਬੀਜਣ ਨਾਲੋਂ ਮਿਸ਼ਰਤ ਚਾਰੇ ਜਿਹਦੇ ਵਿੱਚ ਆਪਾਂ ਫਲੀਦਾਰ ਚਾਰੇ ਜਿਵੇਂ ਰਵਾਹ ਤੇ ਗਵਾਰਾ ਤੇ ਗੈਰ ਫਲੀਦਾਰ ਚਾਰੇ ਜਿਵੇਂ ਕਿ ਜਵਾਰ ਮੱਕੀ ਬਾਜਰਾ ਇਹਨਾਂ ਨੂੰ ਰਲਾ ਕੇ ਆਪਾਂ ਨੂੰ ਬੀਜਣਾ ਚਾਹੀਦਾ ਹੈ ਤਾਂ ਕਿ ਜਿਹੜੇ ਫਲੀਦਾਰ ਚਾਰਿਆਂ ਤੋਂ ਪ੍ਰੋਟੀਨ ਹੈ ਜਿਹੜੀ ਆਪਾਂ ਨੂੰ ਸਸਤੇ ਭਾਅ ਦੇ ਵਿੱਚ ਪ੍ਰੋਟੀਨ ਪਸ਼ੂਆਂ ਲਈ ਉਪਲਬਧ ਹੋ ਜਾਂਦੀ ਹੈ ਜਿਹੜੀ ਕਿ ਦਾਣਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਫਲੀਆਂ ਦੇ ਵਿੱਚ ਇਹਦੇ ਨਾਲ ਆਧਾਰਨ ਦੇ ਤੌਰ ਤੇ ਤੁਹਾਨੂੰ ਮੈਂ ਦੱਸ ਦਿੰਦਾ ਜਿਹੜਾ ਪ੍ਰੋਟੀਨ ਦੀ ਮਾਤਰਾ ਜਿਹੜੀ ਗੁਵਾਰੇ 'ਚ 18% ਹੈ ਰਮਾਂਚ 22.5% ਹੈ ਇਹਦੇ ਮੁਕਾਬਲੇ ਮੱਕੀ 'ਚ 11% ਜਵਾਰ 'ਚ 9% ਤੇ ਬਾਜਰੇ 'ਚ 8.8% ਹੀ ਕਿਸਾਨ ਵੀਰੋ ਜਿਹੜੀ ਪ੍ਰੋਟੀਨ ਹੈ ਜਿਹੜੀ ਕਿ ਪਸ਼ੂਆਂ ਦੀ ਸਿਹਤ ਲਈ ਤੇ ਦੁੱਧ ਦੀ ਪੈਦਾਵਾਰ ਲਈ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਜਿਹੜੇ ਜੇ ਆਪਾਂ ਮਿਸ਼ਰਤ ਚਾਰਾ ਆਗਾਵਾਂਗੇ ਜਿਹਦੇ ਵਿੱਚ ਜਵਾਰ ਬਾਜਰਾ ਜਾਂ ਜਿਹੜੀ ਹੈਗੀ ਮੱਕੀ ਉਹਦੇ ਨਾਲ ਗਵਾਰਾ ਜਾਂ ਰਵਾਹ ਆਗਾਵਾਗੇ ਤਾਂ ਉਹਨੂੰ ਆਪਾਂ ਨੂੰ ਯੂਰੀਆ ਵੀ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਜਿਹੜੇ ਫੜੀਦਾਰ ਚਾਰੇ ਆ ਇਹ ਆਪਣੀਆਂ ਜੜ੍ਹਾਂ ਦੇ ਵਿੱਚ ਨਾਈਟ੍ਰੋਜਨ ਤੱਤ ਫਿਕਸ ਕਰਦੇ ਆ ਜਿਹੜਾ ਕਿ ਉਸ ਉਸ ਦੇ ਨਾਲ ਜਿਹੜੀ ਫਸਲ ਲਗਾਈ ਹੁੰਦੀ ਹੈ ਉਹਨੂੰ ਮਿਲ ਜਾਂਦਾ ਸੋ ਇਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਤੇ ਆਪਾਂ ਨੂੰ ਚੰਗੀ ਕੁਆਲਿਟੀ ਦਾ ਚਾਰਾ ਵੀ ਮਿਲਦਾ ਸੋ ਜਿਹੜਾ ਗੱਲ ਕਰੀਏ ਆਪਾਂ ਨੂੰ ਕਿਸਾਨ ਵੀਰੋ ਜੇ ਮਿਸ਼ਰਤ ਚਾਰੇ ਆਪਾਂ ਉਗਾਉਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਜੇ ਮੱਕੀ ਆਧਾਰਨ ਦੇ ਤੌਰ ਤੇ ਮੱਕੀ ਜਾਂ ਭਰਵਾਹਗਾਉਣਾ ਕਾਉਪੀ ਜੀ ਨੂੰ ਆਪਾਂ ਕਹਿ ਦਿੰਦੇ ਆ ਮੱਕੀ ਦਾ ਬੀਜ ਆਮ ਤੌਰ ਤੇ ਕਿੱਲੇ ਮਗਰ 30 ਕਿਲੋ ਪੈਂਦਾ ਹੈ ਏਕੜ 'ਚ ਜੇ ਆਪਾਂ ਮਿਕਸ ਅਗਾਉਣਾ ਤਾਂ ਮੱਕੀ ਜਿਹੜੀ ਜੇ 1006 ਕਿਸਮ ਜਿਹੜੀ ਮੇਨ ਚੱਲਦੀ ਆ 15 ਕਿਲੋ ਬੀਜ ਉਹਦਾ ਤੇ ਰਵਾਹ 88 ਜਿਹੜੀ ਵੈਰੈਟੀ ਆ ਉਹਦਾ 15 ਕਿਲੋ ਬੀਜ ਜੇ ਰਵਾਹ 367 ਆਪਾਂ ਜਿਹੜੀ ਵਰਤਨੀ ਆ ਵੈਰੈਟੀ ਕਿਸਮ ਜਿਹਦਾ ਕਿ ਬੀਜ ਜਿਹੜਾ ਬਰੀਕ ਹੁੰਦਾ ਤਾਂ ਉਹ ਆਪਾਂ 6 ਕਿਲੋ ਪ੍ਰਤੀ ਏਕੜ 15 ਕਿਲੋ ਮੱਕੀ ਦੇ ਬੀਜ ਨਾਲ ਬਜਾਈ ਕਰ ਸਕਦੇ ਆ ਤੇ 50 ਤੋਂ 60 ਦਿਨ ਤੇ ਜਦੋਂ ਮੱਕੀ ਦੀ ਜਿਹੜੇ ਛੱਲੀਆਂ ਲਾੱਕੇ ਤੇ ਦੁੱਧਾ ਪਿਆ ਜਾਵੇ ਉਦੋਂ ਆਪਾਂ ਜਿਹੜਾ ਇਹਨੂੰ ਕੱਟ ਲੈਣਾ ਉਦੋਂ ਬਾਅਦ ਜੇ ਆਪਾਂ ਇਸ ਤਰ੍ਹਾਂ ਜਿਹੜਾ ਬਾਜਰੇ ਦਾ ਪ੍ਰਤੀ ਏਕੜ ਬੀਜਾ ਉਹ 6 ਤੋਂ 8 ਕਿਲੋ ਪੈਂਦਾ ਜੇ ਇਹਦੇ ਨਾਲ ਆਪਾਂ ਮਿਕਸ ਕਰਕੇ ਗਵਾਰਾ ਜਾਂ ਰਵਾਹ ਬੀਜਣਾ ਦਾ ਅੱਧਾ ਕਿਲੋ ਅੱਧਾ ਅੱਧਾ ਬੀਜ ਅੱਧੇ ਕਿੱਲੇ ਦਾ ਉਹਦਾ ਤੇ ਅੱਧੇ ਕਿੱਲੇ ਦਾ ਉਹਦਾ ਵੀ ਮਿਕਸ ਕਰਕੇ ਆਪਾਂ ਨੂੰ ਬੀਜਣਾ ਚਾਹੀਦਾ ਗਵਾਰੇ ਦੀ ਜੇ ਆਪਾਂ ਗੱਲ ਕਰੀਏ ਪ੍ਰਤੀ ਏਕੜ 18 ਤੋਂ 20 ਕਿਲੋ ਬੀਜ ਪੈਂਦਾ ਗਵਾਰਾ 80 ਕਿਸਮ ਜਿਹੜੀ ਉਹ ਮੇਨ ਤੌਰ ਤੇ ਜਿਹੜੀ ਬਜਾਈ ਲਈ ਵਰਤੀ ਜਾਂਦੀ ਹੈ ਜੇ ਆਪਾਂ ਕੱਲਾ ਗਵਾਰਾ ਬੀਜਣਾ ਜਾਂ ਕੱਲਾ ਰਵਾਹ ਦੀ ਫਸਲ ਬੀਜਣੀ ਆ ਤਾਂ ਇਹ ਬਰਾਨੀ ਗਲ ਇਲਾਕੇ ਵਾਸਤੇ ਬਹੁਤ ਵਧੀਆ ਚਾਰੇ ਨੇ ਬਰਾਨੀ ਇਲਾਕੇ 'ਚ ਆਪਾਂ ਬਾਜਰਾ ਤੇ ਚਰੀ ਨੂੰ ਵੀ ਬਤੌਰ ਜੜੀਆਂ ਕੱਲੀਆਂ-ਕੱਲੀਆਂ ਫਸਲਾਂ ਜਾਂ ਗਵਾਰੇ ਤੇ ਰਵਾਹ ਨਾਲ ਮਿਕਸ ਕਰਕੇ ਜਿਹੜੇ ਹੈਗੇ ਆ ਬਰਾਨੀ ਜਾਂ ਕੰਢੀ ਵਾਲੇ ਏਰੀਏ ਦੇ ਵਿੱਚ ਬੀਜ ਸਕਦੇ ਹਾਂ ਬਹੁਤ ਵਧੀਆ ਆਪਾਂ ਨੂੰ ਕਿਸਮ ਦਾ ਚਾਰਾ ਮਿਲਦਾ ਜਿਹੜਾ ਕਿਸਾਨ ਵੀਰੋ ਰਵਾਂ ਹੈ ਰਵਾਂ ਜੇ ਕੱਲਾ ਬੀਜਣਾ ਆਪਾਂ ਦਾ ਉਹ ਰਵਾਂ 367 ਕਿਸਮਾ ਉਹਦਾ 12 ਕਿਲੋ ਬੀਜ ਪ੍ਰਤੀ ਏਕੜ ਤੇ ਜਿਹੜੀ ਰਵਾਂ 88 ਕਿਸਮਾ ਜਿਹਦਾ ਕਿ ਬੀਜ ਥੋੜਾ ਜਿਹਾ ਮੋਟਾ ਹੁੰਦਾ ਹੈ ਦਾਣਾ ਤਾਂ ਉਹਦੇ ਵਿੱਚ ਆਪਾਂ 20 ਤੋਂ 25 ਕਿਲੋ ਪ੍ਰਤੀ ਏਕੜ ਜਿਹੜਾ ਬੀਜ ਵਰਤ ਸਕਦੇ ਆ ਤੇ 55 ਤੋਂ 65 ਦਿਨ ਤੇ ਜਦੋਂ ਕਿ ਜਿਹੜੇ ਹੈਗੇ ਆ ਫੁੱਲ ਪੈਣ ਤੋਂ ਪਹਿਲਾਂ-ਪਹਿਲਾਂ ਆਪਾਂ ਇਹਨੂੰ ਵੱਢ ਲੈਣਾ ਹੈ ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜਾ ਬਾਜਰੇ ਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਦੋਂ ਦੁੰਬੀਆਂ ਉੱਪਰ ਨਿਕਲ ਆਉਂਦੀਆਂ ਸਿੱਟੇ ਨਿਕਲਣੇ ਸ਼ੁਰੂ ਹੋ ਜਾਂਦੇ ਉਦੋਂ ਹੀ ਵੱਢਣ ਲਈ ਯੋਗ ਹੈ ਕਿਉਂਕਿ ਜਦੋਂ ਸਿੱਟੇ ਜ਼ਿਆਦਾ 50% ਤੋਂ ਉੱਪਰ ਨਿਕਲ ਆਉਣ ਉਹਦੇ ਵਿੱਚ ਕਈ ਵਾਰ ਬਾਜਰੇ ਦੇ ਵਿੱਚ ਇਰਗਟ ਨਾਂ ਦੀ ਬਿਮਾਰੀ ਪੈ ਜਾਂਦੀ ਜਿਹੜਾ ਉਲੀ ਰੋਗ ਆ ਉਹਦੇ ਨਾਲ ਜਿਹੜਾ ਹੈਗਾ ਫਸਲ ਦੇ ਵਿੱਚ ਜ਼ਹਿਰੀਲਾਪਣ ਆ ਜਾਂਦਾ ਤੇ ਇਸੇ ਤਰ੍ਹਾਂ ਜਿਹੜੀ ਚਰੀ ਦੀ ਫਸਲ ਆ ਉਹਨੂੰ ਆਪਾਂ ਨੂੰ 2 ਫੁੱਟ ਤੋਂ ਛੋਟੀ ਜਦੋਂ ਚਰੀ ਆ ਉਦੋਂ ਨਹੀਂ ਉਹਨੂੰ ਆਪਾਂ ਚਾਰੇ ਦੇ ਤੌਰ ਤੇ ਵਰਤਣਾ ਵੱਡੀ ਚਰੀ ਨੂੰ ਹੀ ਵਰਤਣਾ ਜਾਂ ਆਪਾਂ ਛੋਟੀ ਚਰੀ ਵਰਤਦੇ ਆ ਤਾਂ ਉਹਦੇ ਵਿੱਚ ਵੀ ਜਿਹੜਾ ਜ਼ਹਿਰੀਲਾਪਣ ਹੁੰਦਾ ਬਹੁਤੀ ਛੋਟੀ ਜਿਹੜੀ ਚਰੀ ਦੀ ਫਸਲ ਆ ਜਵਾਰ ਦੀ ਫਸਲ ਆ ਉਹਨੂੰ ਆਪਾਂ ਪਸ਼ੂਆਂ ਦੇ ਲਈ ਚਾਰੇ ਵਾਸਤੇ ਨਹੀਂ ਵਰਤਣਾ ਹੁਣ ਆਪਾਂ ਗੱਲ ਕਰਦੇ ਆ ਕਿ ਇਹਦੇ ਵਿੱਚ ਨਦੀਨਾ ਵਾਸਤੇ ਕਿਸਾਨ ਵੀਰੋਂ ਨਦੀਨ ਜਿਹੜੇ ਨਾਸ਼ਕ ਹੈ ਵਰਤਣ ਤੋਂ ਆਪਾਂ ਨੂੰ ਪਹਿਲਾਂ ਦਾ ਗ੍ਰੇਸ ਕਰਨਾ ਚਾਹੀਦਾ ਹੈ ਜੇ ਕਿਤੇ ਬਹੁਤ ਜ਼ਿਆਦਾ ਨਦੀਨ ਹੁੰਦੇ ਆ ਕਿਸੇ ਖੇਤ ਦੇ ਵਿੱਚ ਤਾਂ ਮੱਕੀ ਜਾਂ ਬਾਜਰੇ ਦੇ ਵਿੱਚ ਆਪਾਂ ਐਟਰਾਜੀਨ ਜਾਂ ਐਟਰਾਟਾਫ ਜੀ ਨੂੰ ਤੁਸੀਂ ਨਾਂ ਤੇ ਜਾਣਦੇ ਆ ਐਟਰਾਟਾਫ ਦਵਾਈ ਨੂੰ ਜਿਹੜਾ ਹੈਗਾ 5 ਤੋਂ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਆਪਾਂ ਸਪਰੇਅ ਕਰ ਸਕਦੇ ਆ ਜੇ ਆਪਾਂ ਗੱਲ ਕਰੀਏ ਗਵਾਰਾ ਜਾਂ ਰਵਾਂ ਦੀ ਤਾਂ ਉਹਦੇ ਵਿੱਚ ਆਪਾਂ ਜਿਹੜੀ ਹੈਗੀ ਹੈ ਜਾਂ ਜਵਾਰ ਦੇ ਵਿੱਚ ਉਹਦੇ ਆਪਾਂ ਸਟੌਂਪ ਜਿਹੜੀ ਹੈਗੀ ਪੈਂਡੀਮੈਥਰਿਨ ਜਿਹੜੀ ਨਦੀਨ ਨਾਸ਼ਕ ਹੈ ਉਹ ਪ੍ਰਤੀ ਏਕੜ ਦੇ ਹਿਸਾਬ ਨਾਲ 1 ਲੀਟਰ ਤਕਰੀਬਨ ਪ੍ਰਤੀ 800 ਤੋਂ ਐਮ ਐਲ ਤੋਂ ਲੈ ਕੇ ਪ੍ਰਤੀ ਇੱਕ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਐਟਰਾਜੀਨ ਜਿਹੜੀ ਨਦੀਨ ਨਾਸ਼ਕ ਹੈ ਇਹਨੂੰ ਆਪਾਂ ਜਵਾਰ ਦੀ ਫਸਲ ਦੇ ਵਿੱਚ ਜਿਹੜਾ ਉਹ 400 ਗ੍ਰਾਮ ਪ੍ਰਤੀ ਏਕੜ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਸਪਰੇਅ ਕਰ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਸਪੇਸਿੰਗ ਦੀ ਇਹਨੂੰ ਆਪਾਂ ਬਜਾਈ ਹੈ ਜਿਹੜੀ ਕੇਰਾ ਜਾਂ ਪੂਰਾ ਮੈਥਡ ਨਾਲ ਕਿਸਾਨ ਵੀਰੋ ਜਾਂ ਜਾਂ ਸੀਡ ਡ੍ਰਿਲ ਵੀ ਵਰਤ ਸਕਦੇ ਆ ਇਹਨਾਂ ਦੀ ਜਿਹੜੀ ਬਜਾਈ ਆ ਮਿਸ਼ਰਤ ਚਾਰਿਆਂ ਦੇ ਵਿੱਚ ਵੀ ਆਪਾਂ ਘੱਟੋ ਘੱਟ ਜਿਹੜੀ ਹੈਗੀ 12 ਇੰਚ ਲਾਈਨ ਟੂ ਲਾਈਨ ਦੀ ਜਿਹੜਾ ਹੈਗਾ ਗੈਪ ਦੇ ਉੱਤੇ ਬੀਜ ਸਕਦੇ ਆ ਅ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਪਾਣੀ ਦੀ ਤਾਂ ਸਮੇਂ-ਸਮੇਂ ਤੇ ਆਪਾਂ ਨੂੰ ਜਿਹੜਾ ਹੈਗਾ ਪਾਣੀ ਲਾਉਂਦੇ ਰਹਿਣਾ ਚਾਹੀਦਾ ਵੈਸੇ ਜਿਹੜੇ ਸੌਣੀ ਦੇ ਵਿੱਚ ਜਿਹੜੀਆਂ ਜੂਨ ਜੁਲਾਈ ਦੇ ਵਿੱਚ ਕਾਂ ਜਿਹੜੀਆਂ ਪ੍ਰੀ ਮੌਨਸੂਨ ਤੇ ਉਸ ਤੋਂ ਬਾਅਦ ਮੌਨਸੂਨ ਦੀਆਂ بارشਾਂ ਵੀ ਸ਼ੁਰੂ ਹੋ ਜਾਂਦੀਆਂ ਸੋ ਇੱਕ ਇੱਕ ਦੋ ਦੋ ਤਿੰਨ ਤਿੰਨ ਜਿਹੜੇ ਪਾਣੀ ਹੈ ਇਹਨਾਂ ਦੇ ਨਾਲ ਹੀ ਆਪਾਂ ਫਸਲ ਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਪਾਣੀ ਦੀ ਜਿਹੜੀ ਘਾਟ ਨਹੀਂ ਰਹਿੰਦੀ ਹੈਗੀ ਸੋ ਇਸ ਤੋਂ ਇਲਾਵਾ ਇਹ ਕੋਈ ਹੋਰ ਸਵਾਲ ਹੋਵੇ ਸੁਝਾਅ ਹੋਵੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਰੂਰ ਥੱਲੇ ਕਮੈਂਟ ਕਰਨਾ ਆਪਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ